ਅਇ ਤੋਂ ਨੂੰ ਬਠਿੰਡਾ ਦੀ ਬਹਾਦਰ ਬੇਟੀ ਨੂੰ ਮਿਲਾਨੇ ਆ ਜਿਸ ਦਾ 4 ਦਿਨ ਪਹਿਲਾਂ ਮੋਬਾਈਲ ਖੋ ਕੇ ਲੁਟੇਰੇ ਫਰਾਰ ਹੋ ਗਏ ਸੀ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਉਹ ਸ਼ਿਕਾਇਤ ਕਿਤੇ ਨਾ ਕਿਤੇ ਸ਼ਿਕਾਇਤ ਰਹੀ ਪਰ ਇਸ ਬੇਟੀ ਨੇ ਘਰ ਹੀ ਨਹੀਂ ਬੈਠੀ ਤੇ ਅੱਜ ਉਹ ਫੋਨ ਹੈ ਉਹ ਇਸ ਬੇਟੀ ਦੇ ਕੋਲ ਹੈ ਇਹਦਾ ਫਾਦਰ ਇਸ ਦੇ ਨਾਲ ਨਜ਼ਰ ਆ ਰਿਹਾ ਕਿਉਂਕਿ ਇਸ ਬੇਟੀ ਦਾ ਫੋਨ ਸੀ ਗਿੜਾ 4 ਦਿਨ ਪਹਿਲਾਂ ਲੁਟੇਰੇ ਸੀ ਗਿੜੇ ਉਹ ਖੋ ਕੇ ਫਰਾਰ ਹੋ ਗਈ ਸੀ ਉਸ ਤੋਂ ਬਾਅਦ ਸ਼ਿਕਾਇਤ ਪੁਲਿਸ ਨੂੰ ਕੀਤੀ ਜਾਂਦੀ ਹੈ ਪੁਲਿਸ ਵੱਨਿਓ ਕਾਰਵਾਈ ਨਾ ਹੋਣ ਤੇ ਆਖਿਰਕਾਰ ਇਸ ਬੇਟੀ ਨੇ ਸੋਚਿਆ ਕਿ ਕਿਉਂ ਨਾ ਖੁਦ ਹੀ ਐਫਰਟ ਕੀਤੀ ਜਾਵੇ ਖੁਦ ਹੀ ਇਸ ਫੋਨ ਨੂੰ ਲੱਭਿਆ ਜਾਵੇ ਫੋਨ ਨੂੰ ਐਕਸਪਰਟ ਤੋਂ ਟਰੈਕ ਕਰਵਾਇਆ ਲੋਕੇਸ਼ਨ ਦੇਖੀ ਤੇ ਆਖਿਰਕਾਰ ਇਸ ਬੇਟੀ ਨੂੰ ਫੋਨ ਮਿਲ ਗਿਆ ਹਾਲਾਂਕਿ ਆਪਦੇ ਫਾਦਰ ਦੇ ਨਾਲ ਖੜੀ ਹੈ ਪੂਰੀ ਕਹਾਣੀ ਕਿਸੇ ਇਸ ਬੇਟੀ ਤੋਂ ਜਾਣਦੇ ਆ ਕਿ ਆਖਿਰਕਾਰ ਕਿਵੇਂ ਫੋਨ ਸਨੈਚ ਕੀਤਾ ਗਿਆ ਪੁਲਿਸ ਦਾ ਰਿਸਪੌਂਸ ਕੀ ਸੀਗਾ ਹਾਲਾਂਕਿ ਪੁਲਿਸ ਨਾਲ ਸਾਡੀ ਗੱਲਬਾਤ ਹੋਈ ਹੈ ਪੁਲਿਸ ਕਹਿ ਰਹੀ ਹੈ ਕਿ ਅਸੀਂ ਆਪਦੇ ਤੌਰ ਤੇ ਫੋਨ ਨੂੰ ਟਰੈਕ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਇਸ ਬੇਟੀ ਨੇ ਫੋਨ ਨੂੰ ਟਰੈਕ ਕਰ ਲਿਆ ਪਰ ਗੱਲਬਾਤ ਕਰਦੇ ਆ ਗੁੱਡ ਨੇਮ ਤੁਹਾਡਾ ਹੋਇਆ ਕੀ ਸੀਗਾ ਕਿਸ ਤਰ੍ਹਾਂ ਫੋਨ ਸਨੇਚ ਹੋਇਆ ਤੁਹਾਡਾ ਨਮਸਕਾਰ ਸਰ ਮੇਰਾ ਨਾਮ ਨਿਤਿਕਾ ਸ਼ਰਮਾ ਹੈ ਮੈਂ ਬਠਿੰਡੇ ਜੀ ਰਹਿਣ ਵਾਲੀ ਹਾਂ ਮੇਰਾ ਫੋਨ ਮੈਂ ਆਪਣੇ ਬ੍ਰਦਰ ਨੂੰ ਸਟੇਸ਼ਨ ਤੋਂ ਲੈਣ ਗਈ ਸੀ ਉਹ ਰਸਤੇ ਦੇ ਵਿੱਚ ਹੀ ਸਨੇਚ ਹੋ ਗਿਆ ਸੀ ਮੇਰੇ ਪਾਪਾ ਮੈਨੂੰ ਫੋਨ ਤੇ ਪੇਮੈਂਟ ਕਰ ਰਹੇ ਸੀ ਉਹਨਾਂ ਨੇ ਬੋਲਿਆ ਕਿ ਪੇਮੈਂਟ ਚੈੱਕ ਕਰ ਆ ਗਈ ਹੈ ਕਿ ਨਹੀਂ ਮੈਂ ਪੇਮੈਂਟ ਚੈੱਕ ਕਰਨ ਲਈ ਆਪਣਾ ਫੋਨ ਕੱਢਿਆ ਤਾਂ ਉਹਨੇ ਤੇਜ਼ ਹੀ ਉਹ ਮੇਰਾ ਫੋਨ ਖਿੱਚ ਕੇ ਲੈ ਗਿਆ ਮੈਂ ਉਸ ਟਾਈਮ ਤੇ ਬਹੁਤ ਜ਼ਿਆਦਾ ਘਬਰਾ ਗਈ ਕਿ ਮੈਂ ਕੀ ਕਰਾਂ ਮੈਨੂੰ ਕੁਝ ਸਮਝ ਵਿੱਚ ਨਹੀਂ ਆਇਆ ਕਿ ਮੈਂ ਸ਼ੋਰ ਮਚਾਵਾਂ ਕਿਉਂਕਿ ਅੱਗੇ ਪੂਰੀ ਸੜਕ ਖਾਲੀ ਸੀਗੀ ਤਾਂ ਕਿਸੇ ਨੇ ਉਹਨੂੰ ਦੇਖਿਆ ਵੀ ਨਹੀਂ ਇੱਕਦਮ ਖਿੱਚਦੇ ਹੋਏ ਤਾਂ ਉਹ ਖਿੱਚ ਕੇ ਇੱਕਦਮ ਮੇਰੇ ਕੋਲ ਬੈਟਰੀ ਵਾਲੀ ਸਕੂਟੀ ਸੀ ਤਾਂ ਮੈਂ ਉਹਦੀ ਇੱਕਦਮ ਸਪੀਡ ਪਕੜੀ ਨਹੀਂ ਗਈ ਤਾਂ ਮੈਂ ਐਕਟਿਵਾ ਉਹਦੇ ਪਿੱਛੇ ਜਲਦੀ ਤੋਂ ਲਗਾ ਨਹੀਂ ਪਾਈ ਪਰ ਉਹ ਆਪਣੀ ਸਪੀਡ ਤੇ ਪੂਰਾ ਭੱਜ ਗਿਆ ਤਾਂ ਮੈਂ ਬਹੁਤ ਉਹਨੂੰ ਪਕੜਨ ਦੀ ਕੋਸ਼ਿਸ਼ ਕੀਤੀ ਬਟ ਮੇਰੇ ਉਹ ਪਕੜ ਚ ਨਹੀਂ ਆਇਆ ਕੀ ਫਰਸਟ ਐਕਸ਼ਨ ਕੀਤੀ ਸੀ ਤੁਹਾਡਾ ਜਦੋਂ ਫੋਨ ਤੁਹਾਡਾ ਸਨੇਚ ਕਰਕੇ ਲੈ ਗਏ ਖੋ ਕੇ ਲੈ ਗਏ ਹੈ ਕੀਨੂੰ ਕਾਲ ਕੀਤੀ ਪੁਲਿਸ ਨੂੰ ਕੀਤੀ ਪਾਪਾ ਨੂੰ ਕੀਤੀ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਫਸਟ ਕਾਲ ਮੈਂ ਪਾਪਾ ਨੂੰ ਕੀਤੀ ਕਿ ਪਾਪਾ ਮੇਰਾ ਲੜਕਾ ਇੱਕ ਫੋਨ ਲੈ ਕੇ ਗਿਆ ਹੈ ਤਾਂ ਪਾਪਾ ਬੋਲ ਰਹੇ ਠੀਕ ਹੈ ਤੂੰ ਪੁਲਿਸ ਕੋ ਕਾਲ ਕਰ ਦੇ ਫਿਰ ਮੈਨੇ 112 ਪੁਲਿਸ ਤੇ ਕਾਲ ਕੀਤਾ ਤਾਂ ਉਹਨਾਂ ਨੇ ਬੋਲਾ ਕਿ ਠੀਕ ਹੈ ਆਪ ਬਤਾ ਦਿਓ ਕਹਾਂ ਪੇ ਹੈ ਐਸਾ ਵੈਸਾ ਉਹ ਪੁੱਛਣੇ ਲੱਗੇ ਫੋਨ ਕੇ ਬਾਰੇ ਮੈਂ ਤਾਂ ਮੈਨੇ ਉਹਨੂੰ ਫੋਨ ਕੇ ਬਾਰੇ ਮੈਂ ਬਤਾ ਦਿਆ ਕਿ ਯਹਾਂ ਪੇ ਮੈਂ ਖੜੀ ਸੀ ਲੋਕੇਸ਼ਨ ਬਤਾਈ ਕਿ ਕਹਾਂ ਸੇ ਉਹਨਾਂ ਨੇ ਮੇਰਾ ਫੋਨ ਸਨੇਚ ਕੀਤਾ उसके बाद फिर उन्होंने थोड़ी देर बाद कॉल आया कि आप थाने में आके कंप्लेंट लिखवा दो मैंने बोला ठीक है मैं अपनी मम्मी के साथ थाने पे जाके कंप्लेंट लिखवाने चलेगी पहले तो उनका बिल्कुल सॉफ्ट सा रिएक्शन था उन्होंने कोई बड़ा रिएक्शन नहीं दिया वो बोलते तो रोज़ की वारदात है फ़ोन ये सब खींचना तो रोज़ का काम है तो उन्होंने इतना वो लाइटली लिया बिल्कुल उन्होंने उस चीज़ को पूरा मतलब ध्यान से नहीं देखा बट स्टिल मैंने बोला कि सर मेरा फ़ोन गया उसमें मेरा डाटा है मुझे पता मुझे कितनी दिक्कत आएगी आप प्लीज़ मेरी कंप्लेंट लिखो और जल्द से जल्द मेरा फ़ोन ट्रैक करने की कोशिश करो तो उन्होंने मेरे से सारी ਡਿਟੇਲ ਮੰਗੀ ਲੜਕੇ ਦੀ ਡਿਟੇਲ ਮੰਗੀ ਔਰ ਮੇਰੀ ਕੰਪਲੇਂਟ ਲਿਖੀ ਉਸ ਟਾਈਮ ਤੇ ਔਰ ਮੈਂਨੂੰ ਉਹਨੂੰ ਬੋਲਾ ਕਿ ਟ੍ਰੈਪ ਟ੍ਰੈਕ 'ਤੇ ਲਗਾ ਦੋ। ਤੋਂ ਬੋਲ ਰਹੇ ਆਜ ਆਜ ਨਹੀਂ ਕੱਲ ਲੱਗੇਗਾ ਹੁਣ ਤਾਂ ਟ੍ਰੈਕ ਤੇ ਸੁਵਿਧਾ ਕੇਂਦਰ ਤਾਂ ਆਸਾਂਚ ਕੇਂਦਰ ਬੰਦ ਹੋ ਗਿਆ 5:00 ਵੱਜ ਗਏ ਨੇ ਹੁਣ ਸਵੇਰੇ ਟ੍ਰੈਕ ਟ੍ਰੈਕ ਤੇ ਲਗਾ ਲਗਾਵਾਂਗੇ ਅਸੀਂ। ਪਹਿਲੀ ਗੱਲ ਟ੍ਰੈਕ ਤੇ ਲਗਾਉਣ ਦਾ ਫਾਇਦਾ ਨਹੀਂ ਆ ਜਦੋਂ ਤੱਕ ਕੋਈ ਉਹਦੇ ਵਿੱਚ ਸਿਮ ਨਹੀਂ ਪਾਏਗਾ ਉਦੋਂ ਤੱਕ ਕੋਈ ਟ੍ਰੈਕ ਨਹੀਂ ਹੋ ਸਕਦਾ। ਤੁਹਾਡੇ ਮਨ 'ਚ ਕਿਵੇਂ ਆਇਆ ਕਿ ਮੈਂ ਖੁਦ ਐਫਰਟਸ ਕਰਾਂ ਕਿਵੇਂ ਤੁਸੀਂ ਫੋਨ ਨੂੰ ਟ੍ਰੈਕ ਕੀਤਾ? ਪੁਲਿਸ ਦਾ ਰਿਸਪੌਂਸ ਇੰਨਾ ਵਧੀਆ ਨਹੀਂ ਸੀਗਾ ਤੁਸੀਂ ਦੱਸ ਰਹੇ ਹੋ। ਫਿਰ ਤੁਸੀਂ ਕਿਵੇਂ ਟ੍ਰੈਕ ਕੀਤਾ ਖੁਦ ਆਪਣੇ ਆਪ? ਸਰ ਮੈਨੂੰ ਦੇਖੋ ਮੈਂ ਇੰਨੀ ਕੁ ਤਾਂ ਮੈਂ ਨੌਲੇਜ ਰੱਖਦੀ ਆ ਕਿ Gmail ਫੋਨ ਸੀਗੀ ਤਾਂ ਮੈਂ ਕਰ ਆ ਕੇ ਮम्मा ਨੂੰ ਦੱਸਿਆ ਤੇ ਜਿਵੇਂ ਕਿ ਮम्मा ਨੂੰ ਦੱਸਿਆ ਮम्मा ਦੇ ਫੋਨ 'ਚ ਮੈਂ ਆਪਣੀ ਜੀਮੇਲ ਲੌਗਇਨ ਕਰਕੇ ਤੇ ਮੈਂ ਆਪਦੀ ਲਾਸਟ ਲੋਕੇਸ਼ਨ ਟਰੈਕ ਕੀਤੀ ਜੀਮੇਲ ਜਦੋਂ ਮੈਂ ਲੌਗਇਨ ਕੀਤੀ ਫਾਈਂਡ ਮਾਈ ਡਿਵਾਈਸ ਐਪ ਵਿੱਚ ਤੇ ਮੈਂ ਉਹਦੇ 'ਚ ਦੇਖਿਆ ਕਿ ਮੇਰੀ ਲਾਸਟ ਲੋਕੇਸ਼ਨ ਕਿੱਥੋਂ ਆਫ ਹੋਈ ਹੈ ਜੋ ਜਿੱਥੇ ਮੇਰਾ ਫੋਨ ਆਫ ਕੀਤਾ ਗਿਆ ਸੀਗਾ ਤਾਂ ਉਹਨੇ ਮੇਰਾ ਫੋਨ ਇੱਕ ਸਟਰੀਟ ਵਿੱਚ ਜਾ ਕੇ ਆਫ ਕੀਤਾ ਸੀਗਾ ਤਾਂ ਉਧਰ ਆਪਾਂ ਮਤਲਬ ਸੀਸੀਟੀਵੀ ਕੈਮਰਾਜ਼ ਵਗੈਰਾ ਸਾਰੇ ਚੈੱਕ ਕੀਤੇ ਤਾਂ ਉਹਦੇ ਵਿੱਚ ਉਹ ਆ ਗਿਆ 4:11 ਤੇ ਮੇਰਾ ਫੋਨ ਬੰਦ ਕੀਤਾ ਗਿਆ ਸੀ 4:11 ਦੀ ਹੀ ਫੁਟੇਜ ਵਿੱਚ ਕੈਮਰਾ ਵਿੱਚ ਉਹ ਉਸ ਲੋਕੇਸ਼ਨ ਤੇ ਹੀ ਪਹੁੰਚ ਗਿਆ ਤਾਂ ਮੈਂ ਜਦੋਂ ਮੇਰੀ ਲੋਕੇਸ਼ਨ ਟਰੈਕ ਹੋਈ ਮੈਂ ਪੁਲਿਸ ਨੂੰ ਕਾਲ ਕੀਤਾ ਕਿ ਸਰ ਮੈਨੂੰ ਹੈਲਪ ਚਾਹੀਦੀ ਹੈ ਮੇਰੀ ਲੋਕ ਉਹਦੀ ਲੋਕੇਸ਼ਨ ਟਰੈਕ ਹੋ ਗਈ ਹੈ ਮੇਰੇ ਫੋਨ ਦੀ ਜਿੱਥੇ ਉਹਨੇ ਮੇਰਾ ਫੋਨ ਬੰਦ ਕੀਤਾ ਤੁਸੀਂ ਪਲੀਜ਼ ਮੇਰੇ ਨਾਲ ਚੱਲੋ ਤਾਂ ਪੁਲਿਸ ਵਾਲਿਆਂ ਦਾ ਬਹੁਤ ਲਾਈਟਲੀ ਰਿਐਕਸ਼ਨ ਸੀ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹਨਾਂ ਨੇ ਬੋਲਿਆ ਐਵੇਂ ਕਿਵੇਂ ਲੋਕੇਸ਼ਨ ਟਰੈਕ ਹੋ ਜੇਗੀ ਸਾਰਾ ਦਿਨ ਸਾਡਾ ਆਹੀ ਕੰਮ ਹੈ ਅਸੀਂ ਆਹੀ ਕੰਮ ਕਰਦੇ ਲੋਕੇਸ਼ਨ ਟਰੈਕ ਕਰਨ ਦਾ ਇਹ ਉਹ ਤਾਂ ਤੁਸੀਂ ਐਵੇਂ ਕਿਵੇਂ ਕਹਿ ਸਕਦੇ ਹੋ ਵੀ ਇਹੀ ਲੋਕੇਸ਼ਨ ਹੈ ਐਗਜ਼ੈਕਟ ਲੋਕੇਸ਼ਨ ਹੈ ਮੈਂ ਕਿਹਾ ਸਰ ਪਲੀਜ਼ ਤੁਸੀਂ ਮੇਰੇ ਇੱਕ ਵਾਰ ਗੱਲ ਮੰਨੋ ਤੁਸੀਂ ਮੇਰੇ ਨਾਲ ਚੱਲੋ ਤਾਂ ਸਹੀ ਇੱਕ ਵਾਰ ਦੇਖੋ ਤਾਂ ਸਹੀ ਕੀ ਪਤਾ ਉਧਰ ਹੀ ਹੋਏ ਫੋਨ ਜਾਂ ਉਧਰ ਨਜ਼ਦੀਕ ਹੋਏਗਾ ਇਹ ਕਿਧਰ ਤਾਂ ਹੋਏਗਾ ਉਹ ਲੜਕੇ ਦਾ ਕੁਝ ਡਿਟੇਲ ਤਾਂ ਮਿਲੇਗੀ ਬਟ ਨਹੀਂ ਉਹਨਾਂ ਦਾ ਕੋਈ ਰਿਐਕਸ਼ਨ ਨਹੀਂ ਸੀ ਫਿਰ ਮੈਨੂੰ ਐਸ ਐਚਓ 파ਰਤ ਸਰ ਦਾ ਨੰਬਰ ਕਿਧਰੋਂ ਮਿਲਿਆ ਸੀ ਤਾਂ ਮੈਂ ਐਸਐਚਓ ਪਾਰਸਰ ਨੂੰ ਕਾਲ ਕੀਤੀ ਕਿ ਸਰ ਪਲੀਜ਼ ਮੇਰੀ ਹੈਲਪ ਕਰੋ ਕਿ ਤੁਸੀਂ ਆਪਣੇ ਮੁਲਾਜ਼ਮ ਨੂੰ ਭੇਜੋ ਤਾਂ ਉਹਨਾਂ ਨੇ ਏਐਸਆਈ ਸਰ ਦਾ ਨੰਬਰ ਦਿੱਤਾ ਫਿਰ ਉਹਨਾਂ ਨੇ ਅੱਗੇ ਮੁੰਸ਼ੀ ਜੀ ਦਾ ਨੰਬਰ ਦਿੱਤਾ ਮੁੰਸ਼ੀ ਜੀ ਨੇ ਆਹੀ ਮੈਨੂੰ ਕਿਹਾ ਕਿ ਐਸਐਚ ਜ ਲੋਕੇਸ਼ਨ ਨਹੀਂ ਮਿਲ ਸਕਦੀ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਅਸੀਂ ਆਪਣੇ ਐਫਰਟਸ ਕਰਾਂਗੇ ਫਿਰ ਕੀ ਕੀਤਾ ਜਦੋਂ ਤੁਹਾਨੂੰ ਲੋਕੇਸ਼ਨ ਦਾ ਪਤਾ ਲੱਗਿਆ ਕਿ ਇਸ ਜਗ੍ਹਾ ਤੇ ਮੇਰਾ ਫੋਨ ਹੈ ਫਿਰ ਉਹਦੇ ਘਰੇ ਗਏ ਕਿਨੂੰ ਲੈ ਕੇ ਗਏ ਕਿਵੇਂ ਰਿਕਵਰ ਹੋਇਆ ਮੋਬਾਈਲ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਫਿਰ ਮੈਸੇਜ ਨੂੰ ਸਰ ਨੂੰ ਦੁਬਾਰਾ ਕਾਲ ਕੀਤੀ ਤਾਂ ਉਹਨਾਂ ਨੇ ਮੁਲਾਜ਼ਮ ਨੂੰ ਭੇਜਿਆ ਕਿਉਂਕਿ ਮੈਂ ਇਕੱਲੀ ਨਹੀਂ ਜਾ ਸਕਦੀ ਸੀ ਉੱਥੇ ਕਿ ਇਹ ਤੇ ਆ ਜਾਂਦੀ ਤਾਂ ਫਿਰ ਮੈਂ ਆਪਣੇ ਪਾਪਾ ਨੂੰ ਕਾਲ ਕੀਤੀ ਮੰਮਾ ਨੂੰ ਲੈ ਕੇ ਤੇ ਅਸੀਂ ਉਸ ਲੋਕੇਸ਼ਨ ਤੇ ਪਹੁੰਚੇ ਜਿੱਥੇ ਮੇਰਾ ਫੋਨ ਬੰਦ ਹੋਇਆ ਸੀ ਫਿਰ ਉੱਥੇ ਜਾ ਕੇ ਨੀਅਰ ਬਾਏ ਅਸੀਂ ਕਿਸੇ ਦੇ ਘਰ ਚੋਂ ਕੈਮਰਾਜ਼ ਲੱਗੇ ਹੋਏ ਸੀ ਉਥੋਂ ਕੈਮਰਾ ਚੋਂ ਅਸੀਂ ਫੁਟੇਜ ਕੱਢੀ ਉਸ ਫੁਟੇਜ ਚ ਉਸ ਲੜਕੇ ਦੀ ਕਿਉਂਕਿ ਸ਼ਕਲ ਤਾਂ ਮੈਂ ਦੇਖ ਹੀ ਲਈ ਸੀ ਤਾਂ ਉਸ ਲੜਕੇ ਦੀ ਸ਼ਕਲ ਆ ਗਈ ਉਸ ਲੜਕੇ ਦੀ ਸਕੂਟੀ ਦਾ ਨੰਬਰ ਆ ਗਿਆ ਸਕੂਟੀ ਦਾ ਦੁੱਧ ਨੰਬਰ ਆਇਆ ਤੇ ਪੁਲਿਸ ਫੁਟੇਜ ਲੈ ਕੇ ਚਲੀ ਗਈ ਤੋਂ ਬੋਲ ਰਹੇ ਕਿ ਸੂਬਾ ਆਪਾ ਮਤਲਬ ਨੰਬਰ ਦੇ ਅਕੋਰਡਿੰਗ ਆਪਾ ਐਡਰੈਸ ਡਿਟੇਲ ਨਿਕਲਵਾਵਾਂਗੇ ਬਟ ਉਹਨਾਂ ਨੇ ਕੁਝ ਨਹੀਂ ਕੀਤਾ ਨੈਕਸਟ ਡੇ ਕੁਛ ਨਹੀਂ ਕੀਤਾ ਮੈਂ ਉਹਨਾਂ ਨੂੰ ਪੁੱਛਿਆ ਸਰ ਦਿਖਾਓ ਤੁਸੀਂ ਕੁਛ ਕੀਤਾ ਕਿ ਨਹੀਂ ਨਹੀਂ ਕੀਤਾ ਅਗਲੇ ਦਿਨ ਮੈਂ ਫੇਰ ਗਈ ਤਾਂ ਫੇਰ ਦਿਖਾਇਆ ਤਾਂ ਉਹਨਾਂ ਨੇ ਫੇਰ ਵੀ ਕਹਿੰਦੇ ਐਵੇਂ ਤਾਂ ਹੋ ਨਹੀਂ ਸਕਦਾ ਤੁਸੀਂ ਕਿਆ ਹੀ ਕਹਿ ਰਹੇ ਹੋ ਮੈਂਨੇ ਬੋਲੇ ਸਰ ਤੁਹਾਡੀ ਗਲਤੀ ਹੈ ਤੁਹਾਨੂੰ ਮੈਂ ਫੁਟੇਜ ਦਿਖਾਤੀ ਹੈ ਤੁਹਾਨੂੰ ਮੈਂ ਸਭ ਕੁਝ ਦਿਖਾਤਾ ਹੈ ਬਟ ਸਟਿਲ ਤੁਸੀਂ ਕੁਛ ਕੰਮ ਹੀ ਨਹੀਂ ਕਰ ਰਹੇ ਮਤਲਬ ਮੈਂ ਆਪਣੇ ਐਫਰਟਸ ਲੈ ਰਹੀਆਂ ਮੈਂ ਐਪ ਵਿੱਚ ਲੌਗਇਨ ਕੀਤਾ ਉਹਦੀ ਸਕੂਟੀ ਦਾ ਨੰਬਰ ਭਰਿਆ ਸਾਰੀ ਡਿਟੇਲ ਆ ਗਈ ਹੁੰਦੀ ਕਿਵੇਂ ਰਿਕਵਰ ਕਿਵੇਂ ਆ ਫੋਨ ਫੇਰ ਕੱਲੇ ਗਏ ਨਾਲ ਪੁਲਿਸ ਗਈ ਲਾਸਟ ਡੇਨ ਕਲੋਜ਼ਿੰਗ ਕੀਤਾ ਜਿਵੇਂ ਕਿ ਮੈਂ ਮਤਲਬ ਸਕੂਟੀ ਦਾ ਨੰਬਰ ਟ੍ਰੇਸ ਕਰ ਲਿਆ ਸੀਗਾ ਨੰਬਰ ਤੇ ਐਡਰੈਸ ਸਾਰਾ ਕੁਝ ਪਤਾ ਲੱਗ ਗਿਆ ਜਦੋਂ ਐਡਰੈਸ ਪਤਾ ਚੱਲਿਆ ਤਾਂ ਆ ਲੜਕੇ ਦੀ ਫੋਟੋ ਮਤਲਬ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਆ ਸੀਸੀਟੀਵੀ ਫੁਟੇਜ ਵਿੱਚ ਲੜਕੇ ਦੀ ਫੋਟੋ ਆ ਰਹੀ ਹੈ 1 ਮਿੰਟ ਅੱਛਾ ਆ ਲੜਕੇ ਦੀ ਫੋਟੋ ਹੈ ਤੁਹਾਨੂੰ ਇਹਦੇ ਵਿੱਚ ਕਲੀਅਰ ਦਿਖੇਗੀ ਨਹੀਂ ਪਰ ਆ ਲੜਕਾ ਸੀ ਇਹਦਾ ਨਾਮ ਹੈ ਪੰਕਜ ਇਹਦੇ ਫਾਦਰ ਦਾ ਨਾਮ ਹੈ ਗੁਨਾਗਰ ਇੱਕ ਬਿਹਾਰੀ ਫੈਮਿਲੀ ਤੋਂ ਬਿਲੋਂਗ ਕਰਦਾ ਤੇ ਲੋ ਕਲਾਸ ਫੈਮਿਲੀ ਤੋਂ ਹੀ ਹੈ ਤੇ ਸਪੈਸੀਫਿਕਲੀ ਇਹ ਚਿੱਟਾ ਵੇਚਣ ਦਾ ਖਾਨ ਦਾ ਇਹੀ ਕੰਮ ਕਰਦਾ ਇਹਨੂੰ ਹੋਰ ਤਾਂ ਕੋਈ ਕੰਮ ਹੈ ਨਹੀਂ 17-18 ਸਾਲ ਦਾ ਲੜਕਾ ਹੈ ਗਰੀਬ ਘਰ ਤੋਂ ਹੈ ਪੈਸੇ-ਪੁਸੇ ਮਿਲਦੇ ਨਹੀਂਗੇ ਤਾਂ ਇਧਰ-ਉਧਰ ਚੋਰੀਆਂ ਕਰਕੇ ਤੇ ਚਿੱਟੇ ਲਗਾਉਂਦਾ ਹੋਰ ਕੋਈ ਕੰਮ ਮਿਲ ਗਿਆ ਤੁਹਾਨੂੰ ਹੁਣ ਤੁਹਾਡਾ ਹੁਣ ਮੇਰਾ ਫੋਨ ਮਿਲ ਗਿਆ ਬਟ ਮੈਂ ਬਹੁਤ ਬਹੁਤ ਜ਼ਿਆਦਾ ਸੈਡ ਹਾਂ ਕਿ ਆਪਣੀ ਪੁਲਿਸ ਕੋਈ ਕੰਮ ਕਰਕੇ ਰਾਜੀ ਹੀ ਨਹੀਂ ਹੈ ਮੈਂ ਉਹਨਾਂ ਨੂੰ ਕਹਤਾ ਕਿ ਸਰ ਮੈਨੂੰ ਲੋਕੇਸ਼ਨ ਮਿਲ ਗਈ ਹੈ ਲੜਕੇ ਦੇ ਘਰ ਦਾ ਐਡਰੈਸ ਮਿਲ ਗਿਆ ਤੁਸੀਂ ਮੇਰੇ ਨਾਲ ਚੱਲੋ ਪਲੀਜ਼ ਮੇਰੇ ਨਾਲ ਚੱਲੋ ਮੈਂ ਨੇ ਰਿਕਵੈਸਟ ਕੀਤੀ ਮੈਂ ਸ਼ਾਮ ਨੂੰ ਕਹਿ ਕੇ ਆਈ ਮੈਨੂੰ ਕਹਿੰਦੇ ਲਿਸਟ ਦਿਖਾਤੀ ਮੈਨੂੰ ਕਹਿੰਦੇ ਸਵੇਰੇ ਤਾਂ ਸਾਡੇ ਸਾਰੇ ਜਿਹੜੇ ਆਫਸਰ ਨੇ ਇਹਨਾਂ ਦੀ ਤਾਂ ਡਿਊਟੀ ਲੱਗੀ ਹੋਈ ਜੀ ਪਰੇਡ 'ਚ ਮੈਂ ਕਿਹਾ ਕਿਸ ਚੀਜ਼ ਦੀ ਪਰੇਡ ਹੈ ਸਵੇਰੇ ਕੋਈ ਕੁਝ ਖਾਸ ਗੱਲ ਹੈ ਪਰੇਡ ਹੈ ਜੋ ਕਹਿੰਦੇ ਨਹੀਂ ਮੈਡਮ ਉਹ ਹਰ ਮਹੀਨੇ ਸਾਡੀ ਪਰੇਡ ਹੁੰਦੀ ਹੈ ਤਾਂ ਉਹ ਚੀਜ਼ ਦੀ ਪਰੇਡ ਹੈ ਮੈਂ ਕਿਹਾ ਕੀ ਗੱਲ ਹੋਈ ਤੁਸੀਂ ਪ੍ਰਾਇਰਟਾਈਜ਼ ਕਰੋ ਨਾ ਕੰਮ ਨੂੰ ਜੋ ਕੰਮ ਜ਼ਰੂਰੀ ਹੈ ਤੁਸੀਂ ਉਹ ਕਰੋ ਪਰੇਡ 'ਚੋਂ ਇੱਕ ਅੱਧਾ ਬੰਦਾ ਤਾਂ ਤੁਸੀਂ ਕੱਢ ਵੀ ਸਕਦੇ ਹੋ ਪ੍ਰਦੀਪ ਤੋਂ ਇੱਕ ਬੰਦਾ ਕੱਢ ਕੇ ਮੇਰੇ ਨਾਲ ਭੇਜ ਦਿਓ ਤੁਸੀਂ ਮੁਲਾਜ਼ਮ ਤਾਂ ਕਿ ਮੈਂ ਉਹਨਾਂ ਦੇ ਘਰੇ ਜਾਵਾਂ ਕੱਲ ਨੂੰ ਮੇਰੇ ਤੇ ਕੋਈ ਗੱਲ ਆ ਜਾਂਦੀ ਹੈ ਫਿਰ ਮੈਂ ਕੀ ਕਰਾਂਗੀ ਪ੍ਰਦੀਪ ਕਿਵੇਂ ਦੇਖਦੇ ਹੋ ਬੇਟੀ ਦੀ ਬਹਾਦਰੀ ਤੇ ਮਾਨ ਕਿੰਨਾ ਹੋ ਰਿਹਾ ਹੈ ਕਹਿ ਰਹੇ ਕਿ ਪੁਲਿਸ ਬੈਨੇ ਕੋਈ ਐਫਰਟਸ ਨਹੀਂ ਕੀਤੀ ਗਈ ਖੁਦ ਪਹੁੰਚੇ ਖੁਦ ਟਰੈਕ ਕੀਤਾ ਖੁਦ ਲੋਕੇਸ਼ਨ ਦੇਖੀ ਸੀਸੀਟੀਵੀ ਕੈਮਰੇ ਕਢਾਏ ਪ੍ਰਾਊਡ ਕਿੰਨਾ ਦੇਖੋ ਪ੍ਰਾਊਡ ਤਾਂ ਮੈਨੂੰ ਆਪਣੀ ਬੇਟੀ ਤੇ ਬਹੁਤ ਜ਼ਿਆਦਾ ਹੈ ਕਿਉਂਕਿ ਮੈਂ ਪੱਤਰਕਾਰਾਂ ਸੀਨੀਅਰ ਜਰਨਲਿਸਟਾਂ ਦੇ ਉਹਦੇ باوجود ਪੁਲਿਸ ਸਾਡੀ ਨਹੀਂ ਸੁਣ ਰਹੀ ਸੀ ਮੈਂ ਬੇਟੀ ਨੂੰ ਕਿਹਾ ਆਪਾਂ ਆਪਣੇ ਲੈਵਲ ਤੇ ਕੁਝ ਨਹੀਂ ਕਰ ਸਕਦੇ ਪੁਲਿਸ ਆਏਗੀ ਤਾਂ ਕਰਾਂਗੇ ਇਹਨਾਂ ਨੇ ਮੈਨੂੰ ਲਾਹਨਤਾਂ ਵੀ ਪਾਈਆਂ ਵੀ ਪੱਤਰਕਾਰੀ ਦੇ ਉੱਤੇ ਲਾਹਨਤ ਹੈ ਵੀ ਪੁਲਿਸ ਤੁਹਾਡੀ ਨਹੀਂ ਮੰਨਦੀ ਤਾਂ ਆਮ ਪਬਲਿਕ ਦੀ ਕੀ ਕਰੂਗੀ ਫਿਰ ਜਦੋਂ ਇਹ ਆਪ ਸਵੇਰੇ ਗਈ ਹੈ ਮੈਂ ਹੱਥ ਜੋੜ ਤੇ ਭਾਈ ਨਹੀਂ ਮੈਂ ਨਹੀਂ ਜਾਵਾਂਗਾ ਫਿਰ ਇਹ ਮਾਂ ਬੇਟੀ ਜਾ ਕੇ ਉਹਨਾਂ ਦੇ ਘਰੋਂ ਜਾ ਕੇ ਉਹ ਮੋਬਾਈਲ ਲੈ ਕੇ ਆਏ ਐ ਇਹ ਦੋਨੋਂ ਮਾਂ ਬੇਟੀ ਤਾਂ ਮੈਨੂੰ ਆਪਣੇ ਆਪ ਨੂੰ ਸ਼ਰਮ ਆਉਂਦੀ ਵੀ ਪੁਲਿਸ ਪੰਜਾਬ ਪੁਲਿਸ ਦੇ ਅਸੀਂ ਇੰਨਾ ਝੰਡੇ ਬਰਦਾਰ ਕਰਦੇ ਇੰਨਾ ਚੱਕਦੇ ਇੰਨਾ ਤਾਂ ਬੇ ਬਿਲਕੁਲ ਫੇਲਿਅਰ ਸਿਸਟਮ ਹੈ ਪੰਜਾਬ ਪੁਲਿਸ ਦਾ ਪੂਰੀ ਤਰ੍ਹਾਂ ਸੇ ਫੇਲਰ ਹੈ ਕੋਈ ਕੰਮ ਨਹੀਂ ਕਰਦੇ ਜਦੋਂ ਅਸੀਂ ਕਰਕੇ ਦੇ ਰਹੇ ਹਾਂ ਜਿਆਦਾ ਸਾਰਾ ਡਾਟਾ ਦੇ ਰਹੇ ਹਾਂ ਉਦੋਂ ਬਾਅਦ ਉਹ ਕੰਮ ਕਰ ਨਹੀਂ ਰਿਹਾ ਪਤਾ ਨਹੀਂ ਇੰਨਾ ਕਿੰਨਾ ਕਿ ਪੰਜਾਬ ਪੁਲਿਸ ਬਿਜ਼ੀ ਹੈ ਉਹ ਕਹਿੰਦੇ ਜੀ ਅਸੀਂ ਛੋਟੇ ਮੋਟੇ ਕੰਮ ਨਹੀਂ ਅਸੀਂ ਪਕੜਦੇ ਅਸੀਂ ਵੱਡੇ ਲੜਾਈ ਝਗੜੇ ਵਾਲੇ ਜਿੱਥੇ ਕਿ ਪੈਸਾ ਬਣਨਾ ਹੈ ਉਹੀ ਕੰਮ ਕਰਨਾ ਉੱਥੇ ਪੈਸੇ ਬਣਨੇ ਆ ਇੱਥੇ ਪੈਸਾ ਨਹੀਂ ਬਣਨਾ ਸੀ ਗੱਲ ਇਹ ਕਿਤੇ ਨਾ ਕਿਤੇ ਪਰੇਸ਼ਾਨ ਪਰਿਵਾਰ ਜ਼ਰੂਰ ਹੈ ਪਰ ਦੂਸਰੇ ਪਾਸੇ ਬੇਟੀ ਦੀ ਬਹਾਦਰੀ ਤੇ ਨਾਜ਼ ਹੈ ਕਿਉਂਕਿ ਇਸ ਕੁੜੀ ਨੇ ਖੁਦ ਉਸ ਮੋਬਾਈਲ ਨੂੰ ਟਰੈਕ ਕੀਤਾ ਸਕੂਟਰੀ ਦਾ ਨੰਬਰ ਕਰੈਕ ਕੀਤਾ ਸੀਸੀਟੀਵੀ ਫੁਟੇਜ ਅਰੇਂਜ ਕੀਤੀ ਉਸ ਤੋਂ ਪੁਲਿਸ ਦੀ ਹੈਲਪ ਲਈ ਹਾਲਾਂਕਿ ਪੁਲਿਸ ਪਹਿਲੇ ਦਿਨ ਹੈਲਪ ਦਿੰਦੀ ਤਾਂ ਸ਼ਾਇਦ ਇਹ ਫੋਨ ਜਲਦੀ ਰਿਕਵਰ ਹੋਣਾ ਸੀ ਪਰ ਕਿਤੇ ਨਾ ਕਿਤੇ ਜਾ ਕੇ ਇਸ ਬਹਾਦਰ ਬੇਟੀ ਦੇ ਚਰਚੇ ਜ਼ਰੂਰ ਹੋ ਰਹੇ ਨੇ ਬਟਿੰਡਾ ਤੋਂ ਸੂਰਜਪਾਲ న్యూਸ 18 ਪੰਜਾਬ